ਸਹਿਬਲ ਕਲਾਂ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਇਆ ਜਾ ਰਿਹਾ ਧਰਨਾ ਤੇ ਪ੍ਰਸ਼ਾਸਨ ਵੱਲੋਂ ਇੱਕ ਗੱਲ ਦਾ ਇਹ ਬਹਾਨਾ ਬਣਾਇਆ ਗਿਆ ਕਿ ਇਸ ਕੰਮ ਨੂੰ ਰੋਕਿਆ ਜਾਵੇ ਕਿਉਂਕਿ ਪਿੰਡ ਦੇ ਵਿੱਚੋਂ ਕੰਪਲੇਂਟਾਂ ਆਈਆਂ ਜੋ ਮੋਰਚਾ ਚਕਾਉਣਾ ਚਾਹੁੰਦੇ ਲੋਕ ਉਹਨਾਂ ਨੇ ਕੰਪਲੇਂਟ ਕੀਤੀ ਆ ਕਿਸੇ ਅਫਸਰ ਨੂੰ ਫੋਨ ਕੀਤਾ ਕਿ ਅਸੀਂ ਇੱਥੇ ਜਿਹੜਾ ਪੱਕਾ ਕੰਮ ਹੋ ਰਿਹਾ ਉਹਨੂੰ ਨਾ ਕੀਤਾ ਜਾਵੇ ਧਰਨਾ ਦੇ ਰਹੀਆਂ ਸਿੱਖ ਜਥੇਬੰਦੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਵਿਚਕਾਰ ਪੈ ਗਿਆ ਪੰਗਾ ਸੜਕ ਅਸੀਂ ਜਾਮ ਕੀਤੀ ਹੋਈ ਹੈ ਇਸ ਗੱਲ ਨੂੰ ਲੈ ਕੇ ਕਿਉਂਕਿ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤੇ ਕਿ ਸਾਨੂੰ ਦੱਸਿਆ ਜਾਵੇ ਕਿਹੜੇ ਬੰਦੇ ਆ ਉਹ ਕਹਿੰਦੇ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਕਲੈਸ਼ ਨਾ ਹੋਵੇ ਅਸੀਂ ਇਹ ਗੱਲ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕਿਹੜੇ ਬੰਦੇ ਆ ਜਿਹੜੇ ਪੂਰੇ ਪਿੰਡ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿੱਥੇ ਬਹਿਬਲ ਕਲਾਂ ਦੇ ਵਿੱਚ ਬੇਅਦਬੀ ਕਾਂਡ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਸ ਪ੍ਰਗਟਾਇਆ ਜਾ ਰਿਹਾ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਹੁਣ ਸਿੱਖ ਜਥੇਬੰਦੀਆਂ ਦਾ ਪੁਲਿਸ ਪ੍ਰਸ਼ਾਸਨ ਦੇ ਨਾਲ ਪੰਗਾ ਪੈ ਗਿਆ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਇੱਕ ਵੀਡੀਓ ਜਿਹੜੀ ਉਹਨਾਂ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਉਹ ਇਹ ਧਰਨਾ ਚੱਕ ਦੇਣ ਕਿਉਂਕਿ ਬਹਿਬਲ ਕਲਾਂ ਦੇ ਵਿੱਚ ਉਹਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਹੈ ਅਤੇ ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉੱਧਰ ਹੀ ਪਿੰਡ ਦੇ ਲੋਕਾਂ ਦਾ ਜੋ ਬਿਆਨ ਆਉਂਦਾ ਹੈ ਉਹ ਹੈਰਾਨ ਕਰਨ ਵਾਲਾ ਹੁੰਦਾ ਦੱਸ ਦਈਏ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਸਾਨੂੰ ਕਿਸੇ ਵੀ ਤਰ੍ਹਾਂ ਦਾ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਤਾਂ ਅਜਿਹੀ ਗੱਲ ਜਿਹੜੀ ਆ ਪਿੰਡ ਵਾਸੀਆਂ ਦੇ ਵੱਲੋਂ ਆਖੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤੁਹਾਡਾ ਪ੍ਰਦਰਸ਼ਨ ਦੇ ਵਿੱਚ ਸਹਿਯੋਗ ਦੇਵਾਂਗੇ ਪ੍ਰਦਰਸ਼ਨ ਦੇ ਦੌਰਾਨ ਅਸੀਂ ਤੁਹਾਡੇ ਨਾਲ ਰਹਾਂਗੇ ਤਾਂ ਅਜਿਹੀ ਬਿਆਨ ਜਿਹੜੇ ਆ ਪਿੰਡ ਵਾਸੀਆਂ ਦੇ ਵੱਲੋਂ ਦਿੱਤੇ ਗਏ ਨੇ ਪਰ ਜੇਕਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹ ਕੁਛ ਅਲੱਗ ਹੀ ਬਿਆਨ ਦਿੰਦੇ ਹੋਏ ਨਜ਼ਰ ਆਈ ਹੈ ਕਿ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਿੰਡ ਦੇ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਜਿਸ ਕਰਕੇ ਤੁਹਾਨੂੰ ਧਰਨਾ ਚੱਕਣਾ ਪਵੇਗਾ ਤੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਦਾ ਜਦੋਂ ਬਿਆਨ ਸਾਹਮਣੇ ਆਉਂਦਾ ਤਾਂ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵਿੱਚ ਕਾਫੀ ਰੋਸ ਆ ਜਾਂਦਾ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹ ਆਪਣਾ ਰੋਸ ਪ੍ਰਗਟਾਉਂਦੇ ਹੋਏ ਨਜ਼ਰ ਆਏ ਨੇ ਤਾਂ ਦੱਸ ਦਈਏ ਕਿ ਉਹਨਾਂ ਨੇ ਵੀਡੀਓ ਦੇ ਵਿੱਚ ਇਹ ਗੱਲ ਆਖੀ ਹੈ ਕਿ ਜੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਬਿਆਨ ਆਖਿਆ ਗਿਆ ਜੋ ਕਿਹਾ ਗਿਆ ਕਿ ਪਿੰਡ ਦੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਤੁਸੀਂ ਆਪਣਾ ਧਰਨਾ ਚੱਕ ਦਿਓ ਤਾਂ ਉਹ ਬੰਦੇ ਨੂੰ ਸਾਹਮਣੇ ਲੈ ਕੇ ਆਉਣ ਉਸ ਵਿਅਕਤੀ ਨੂੰ ਉਸ ਸ਼ਖਸ ਨੂੰ ਲੈ ਸਾਹਮਣੇ ਲੈ ਕੇ ਆਉਣ ਜਿਸ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਸ ਵਿਅਕਤੀ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਪਿੰਡ ਦੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਪੁਲਿਸ ਪ੍ਰਸ਼ਾਸਨ ਉਸਨੂੰ ਸਾਡੇ ਸਾਹਮਣੇ ਲੈ ਕੇ ਆਵੇ ਉਸਦਾ ਨਾਮ ਲਵੇ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਆਖਰਕਾਰ ਕਿਸ ਵਿਅਕਤੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜੇਕਰ ਪਿੰਡ ਵਾਸੀਆਂ ਦੀ ਗੱਲ ਕਰੀਏ ਤਾਂ ਪਿੰਡ ਵਾਸੀਆਂ ਦੇ ਵੱਲੋਂ ਇੱਕ ਅਲੱਗ ਹੀ ਬਿਆਨ ਦਿੱਤਾ ਜਾਂਦਾ ਹੈ ਕਿਹਾ ਜਾਂਦਾ ਕਿ ਤੁਸੀਂ ਪ੍ਰਦਰਸ਼ਨ ਕਰੋ ਰੋਸ ਪ੍ਰਦਰਸ਼ਨ ਕਰੋ ਅਸੀਂ ਤੁਹਾਡਾ ਸਾਥ ਦੇਵਾਂਗੇ ਪਰ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹ ਕੁਝ ਹੋਰ ਹੀ ਬਿਆਨ ਦਿੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਸਿੱਖ ਜਥੇਬੰਦੀਆਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਤੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਤੇ ਹੁਣ ਤਾਂ ਇੱਕ ਸਾਈਡ ਤੇ ਬੈਠ ਕੇ ਹੀ ਅਸੀਂ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਇੱਕ ਪਾਸੇ ਹੋ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਪਰ ਹੁਣ ਅਸੀਂ ਪੂਰਾ ਰੋਡ ਜਿਹੜਾ ਜਾਮ ਕਰ ਦੇਵਾਂਗੇ ਕਿਸੇ ਨੂੰ ਵੀ ਲੰਘਣ ਨਹੀਂ ਦੇਵਾਂਗੇ ਤਾਂ ਪੂਰੇ ਤਰੀਕੇ ਦੇ ਨਾਲ ਰੋਡ ਜਿਹੜਾ ਜਾਮ ਕਰ ਦਿੱਤਾ ਜਾਵੇਗਾ ਤਾਂ ਦੱਸ ਦਈਏ ਕਿ ਬਹਿਬਲ ਕਲਾਂ ਦੇ ਵਿੱਚ ਜੋ ਬੇਅਦਬੀ ਕਾਂਡ ਹੋਇਆ ਸੀਗਾ ਤਾਂ ਉਸਨੂੰ ਲੈ ਕੇ ਜਿਹੜਾ ਆ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਦੱਸ ਦਈਏ ਕਿ 2015 ਦਾ ਮਾਮਲਾ ਜਦੋਂ ਕਿ ਇੱਥੇ ਬੇਅਦਬੀ ਕਾਂਡ ਹੁੰਦਾ ਤਾਂ ਉਹਦਾ ਇਨਸਾਫ਼ ਜਿਹੜਾ ਹਾਲੇ ਤੱਕ ਵੀ ਕਿਤੇ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਜਿਸ ਨੂੰ ਲੈ ਕੇ ਸੁਮੇਧ ਸੈਣੀ ਅਤੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ SIT ਦੇ ਘੇਰੇ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਸਵਾਲਾਂ ਦਾ ਸਿਲਸਿਲਾ ਵੀ ਜਾਰੀ ਹੈ ਸਵਾਲ ਵੀ ਪੁੱਛੇ ਜਾ ਰਹੇ ਨੇ ਪਰ ਫਿਲਹਾਲ ਕੋਈ ਵੀ ਇਨਸਾਫ਼ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਬੇਅਦਬੀ ਕਾਂਡ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਇਨਸਾਫ਼ ਦੀ ਬੇਅਦਬੀ ਕਾਂਡ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸਰਕਾਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਜੋ ਬੇਅਦਬੀ ਕਾਂਡ ਹੋਇਆ ਸੀਗਾ ਕਿਉਂਕਿ ਜੋ ਬੇਅਦਬੀ ਹੋਈ ਸੀਗੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸੀਗੇ ਉਹਨਾਂ ਨੂੰ ਫਾੜ ਕੇ ਜਿਹੜਾ ਗਲੀਆਂ ਦੇ ਵਿੱਚ ਸੁੱਟ ਦਿੱਤਾ ਗਿਆ ਸੀਗਾ ਤਾਂ ਉਸਦੇ ਕਾਰਨ ਸਿੱਖ ਜਥੇਬੰਦੀਆਂ ਦੀਆਂ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚੀ ਸੀ ਧਾਰਮਿਕ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚੀ ਸੀਗੀ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਨਸਾਫ਼ ਕਿਤੇ ਵੀ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਾਰਵਾਈ ਵੀ ਜਿਹੜੀ ਆ SIT ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਦੇਖਣਾ ਹੋਵੇਗਾ ਕਿ ਆਖਰਕਾਰ ਇਨਸਾਫ਼ ਕਦੋਂ ਮਿਲੇਗਾ ਕਿਉਂਕਿ ਲਗਾਤਾਰ ਸਵਾਲਾਂ ਦਾ ਸਿਲਸਿਲਾ
भी जा रही है, पूछताछ भी जा रही है, पर हुण मौजूदा जो स्थिति बनी हुई है, जो बहबल कला दे विच धरना प्रदर्शन सिख जथेबंदियां दे वल्लों कीता जा रहा सीगा, ते इसे दौरान ही पुलिस प्रशासन दे वल्लों बयान दिता जांदा है कि तुसीं इत्थों धरना हटा लो, पिंड वासियां नूं दिक्कत आ रही ने। पर जेकर पिंड वासियां दी गल करिए तो उत्थे पिंड वासियां दा बयान सामने आउंदा कि सानूं किसे तरह की कोई दिक्कत का सामना नहीं करना पै रहा, बल्कि तुसीं धरना प्रदर्शन करो, असीं तुहाडा साथ देवांगे। तां जिस तों बाद सिख जथेबंदियों के काफ़ी रोस है, गुस्सा देखने को मिल रहा है। उन्होंने कहना है कि पुलिस प्रशासन के वलों जो अजिहे बयान दिता गया, जो अजिही गल की गई है, गुमराह करने की कोशिश की गई है, सानू गुमराह करके धरना चुकाने की कोशिश की गई है, तो असीं इन्हां नूं बिल्कुल भी नहीं बख्शांगे। तो उन्होंने भी कहना है कि असीं सड़क ते पूरा जाम कर देवांगे, सड़क पूरी जाम कर देवांगे, किसी भी लंघन नहीं देवांगे। तो इस पुलिस प्रशासन के बयान तो बाद सिख जथेबंदियों के काफ़ी रोस देखने को मिल रहा है। एक बार तुहानू उन्हां दे बयान सुना जरूर सुना दें कि आखिरकार उन्होंने वालों की कुछ आख्या गया। वाहेगुरु जी का खालसा, वाहेगुरु जी की फतेह। अज इस नीच हरकत नूं जनतक करन दे लई असीं लाइव होए हां बहबल बेअदबी इंसाफ मोर्चे दे उत्तों, क्योंकि पिछले लंबे समय तो मोर्चा इत्थे चल रहा, तो असीं इस मोर्चे दे विच गुरु साहब की कृपा दे सदका कल नूं अखंड पाठ साहिब प्रकाश जिहड़े करने आ, ते प्रकाश करन दे लई इत्थे थोड़ा कम शीशे वगैरह जिहड़े ला रहे सीगे, ते प्रशासन वल्लों एक गल दा इह बहाना बनाया गया कि इस काम नूं रोकिया जावे, क्योंकि पिंड दे विचों कंप्लेंटां आईयां जो मोर्चा चुकाउणा चाहुंदे लोक, उन्हां ने कंप्लेंट कीती है, किसी अफसर नूं फोन कीता कि असीं इत्थे जिहड़ा पक्का काम हो रहा उहनूं ना कीता जावे, कि असीं गुरु साहब दे आदम सत्कार लई इत्थे शीशे वगैरह दा प्रबंध नहीं कर सकते, असीं शांतमई मोर्चा इक साइड ते चला रहे हां, ते पुलिस प्रशासन नूं इही बेनती करदे हां कि आ के सानूं दस्सिया जावे जिहड़े ओह गुप्त बंदे किहड़े आ जिहड़े थोनू मोर्चा चुकाउण दे लई गल्लां करदे आ, ते पंजाब दे लोकां नूं ते पिंड दे लोकां नूं भी पता लगे जिहड़े गुरु साहिब दी बेअदबी दा इंसाफ नहीं लैणा चाहुंदे, जिहड़े अज वी उहनां दोषियां दी पुष्ट पणाई करदे आ ते उहनां दा पक्ष पूरदे आ। सो असीं इस वेले 12 बजे दा करीब समां हो चुक्या, सड़क असीं जाम कीती होई है इस गल नूं लै के, क्योंकि जदों असीं पुलिस प्रशासन नूं फोन कीते कि सानूं दस्सिया जावे किहड़े बंदे आ, कहिंदे असीं उहनां नाल गल कर रहे हां, कलैश ना होवे, असीं इह गल उहनां नूं पुछणा चाहुंदे हां कि किहड़े बंदे आ जिहड़े पूरे पिंड नूं बदनाम करते लगे होए आ। जे पुलिस प्रशासन इस तरां दीआं कुछ जिहियां हरकतां करके मोर्चा चुकाउण दीआं गल्लां करदा, तां उह पुलिस प्रशासन ते सरकार इस गल तों बाज आवे। असीं शांतमई चल रहे हां, शांतमई तरीके दे नाल अखंड पाठ साहिब प्रकाश होणे आ, ते शांतमई दी असीं कॉल दे के चल रहे हां, पर सानूं मजबूर कीता जा रहा इन्हां गल्लां ते कि असीं कलैश वाले पासे जाइए। असीं पंजाब दा बथेरा नुकसान करा चुके हां, साडा बथेरा नुकसान हो चुक्या, सो प्रशासन ते ओह लोक बाज आउण जिहड़े इस इंसाफ मोर्चे नूं चुकाउण दी गल करदे आ।